ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਵਿਕਰਮਜੀਤ ਸਿੰਘ ਹੈ ਜੀ। ਆਪਾਂ ਡਿਸਟ੍ਰਿਕਟ ਰੋਪੜ ਦੇ ਰਹਿਣ ਵਾਲੇ ਹਾਂ, ਲੇਕਿਨ ਆਪਣੀ ਮਜਬੂਰੀ ਹੈ ਕਿ ਇਹ ਹੈ ਕਿ ਆਪਾਂ ਹਿੰਦੁਸਤਾਨੀ ਆਰਮੀ ਦੇ ਇੱਕ ਸੋਲਜਰ ਹੈ, ਲੇਕਿਨ ਸਾਡੀਆਂ ਰਗਾਂ ਦੇ ਵਿੱਚ ਜੋ ਖੂਨ ਹੈ ਨਾ, ਉਹ ਸਾਡੀ ਸਿੱਖ ਕੌਮ ਦਾ ਖੂਨ ਹੈ। ਲੇਕਿਨ ਮੈਂ ਆਪਣਾ ਮੈਸੇਜ ਆਪਣੀ ਸਿੱਖ ਕੌਮ, ਜੋ ਵੀ ਮੇਰਾ ਵੀਰ, ਭੈਣ, ਭਰਾ, ਬਜ਼ੁਰਗ ਜੋ ਅੱਜ ਦੀ ਡੇਟ ਦੇ ਵਿੱਚ ਸੰਘਰਸ਼ ਕਰ ਰਿਹਾ, ਮੈਂ ਰਾਜਸਥਾਨ ਤੋਂ ਬੋਲ ਰਿਹਾ ਸਾਧ ਸੰਗਤ ਜੀ, ਜੋ ਤੁਸੀਂ ਸੰਘਰਸ਼ ਕਰ ਰਹੇ ਹੋ, ਅਸੀਂ ਅੱਜ ਜ਼ਰੂਰ ਸਾਡੇ ਤੱਕ ਤੁਹਾਡੇ ਮੈਸੇਜ ਪਹੁੰਚ ਰਹੇ ਨੇ। ਲੇਕਿਨ ਮੈਂ ਚੈਲੇਂਜ ਕਰਦਾ ਇਸ ਗੌਰਮੈਂਟ ਨੂੰ, ਭਾਵੇਂ ਉਹ ਸੈਂਟਰ ਗੌਰਮੈਂਟ ਹੈ, ਭਾਵੇਂ ਉਹ ਸਾਡੀ ਪੰਜਾਬ ਦੀ ਗੌਰਮੈਂਟ ਹੈ, ਮੈਂ ਚੈਲੇਂਜ ਕਰਦਾ ਇਸ ਗੌਰਮੈਂਟ ਨੂੰ ਕਿ ਸਿੱਖ ਕੌਮ, ਸਿੱਖ ਫੌਜੀ ਦੁਬਾਰਾ ਗਲਤੀ ਨਹੀਂ ਕਰਨਗੇ ਜੋ ਪਹਿਲਾਂ ਕੀਤੀ ਸੀ। ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਜਦੋਂ ਅਟੈਕ ਕੀਤਾ ਸੀ, ਉਸ ਸਮੇਂ ਗਲਤੀ ਇਹ ਹੋਈ ਸੀ ਕਿ ਸਾਡੇ ਸਿੱਖ ਥੋੜ੍ਹੇ ਜਿਹੇ ਲੇਟ ਹੋ ਗਏ ਸੀ, ਠੀਕ ਹੈ ਨੀ। ਲੇਕਿਨ ਇਹ ਹੁਣ ਮਨਾਂ ਦੇ ਵਿੱਚੋਂ ਵਹਿਮ ਕੱਢ ਦਿਓ। ਲੇਕਿਨ ਅਗਰ ਤੁਸੀਂ ਇਹ ਸ਼ਰਿਆਮ ਜੋ ਸਿੱਖ ਕੌਮ ਦੇ ਨਾਲ ਧੱਕਾ ਕਰ ਰਹੇ ਹੋ, ਜ਼ੋਰ ਜ਼ਬਰਦਸਤੀ ਕਰ ਰਹੇ ਹੋ, ਅਗਰ ਤੁਸੀਂ ਇਸ ਚੀਜ਼ ਦੇ ਉੱਤੇ ਕੰਟਰੋਲ ਨਾ ਕੀਤਾ, ਸਿੱਖਾਂ ਦੇ ਅਸੀਂ ਨਹੀਂ ਕਹਿੰਦੇ ਕਿ ਤੁਸੀਂ ਸਾਡੇ ਹੱਕ ਦੇ ਵਿੱਚ ਜਾਓ, ਅਸੀਂ ਇਹ ਕਹਿੰਦੇ ਹਾਂ ਸਾਡਾ ਹੱਕ ਸਾਨੂੰ ਦਿਓ, ਬਸ। ਜੇ ਤੁਸੀਂ ਸਾਡਾ ਹੱਕ ਸਾਨੂੰ ਨਾ ਦਿੱਤਾ ਤਾਂ ਫਿਰ ਦੋਸਤੋ ਬਹੁਤ ਮਹਿੰਗਾ ਪਏਗਾ। ਇਹ ਦੇਖ ਲਿਓ, ਜਿਹੜੀ ਸਾਨੂੰ ਟ੍ਰੇਨਿੰਗ ਇਸ ਹਿੰਦੁਸਤਾਨ ਗੌਰਮੈਂਟ ਨੇ ਦਿੱਤੀ ਹੈ ਨਾ, ਇਸੇ ਟ੍ਰੇਨਿੰਗ ਦੇ ਨਾਲ ਜੇ ਤੁਹਾਡੇ ਸਿਰ ਨਾ ਡਾਏ ਤਾਂ ਲੱਖ ਲਾਣਤ ਸਾਨੂੰ। ਔਰ ਮੈਂ ਸ਼ਰਿਆਮ ਕਹਿੰਦਾ, ਐਸੇ ਥਾਂ ਤੋਂ ਗੋਲੀ ਆਏਗੀ ਔਰ ਐਸੇ ਥਾਂ 'ਤੇ ਵੱਜੇਗੀ ਜਾ ਕੇ, ਸਾਰੀ ਦੁਨੀਆਂ ਦੇ ਵਿੱਚ ਵਰਲਡ ਰਿਕਾਰਡ ਬਣਾ ਦਿਆਂਗੇ ਕਿ ਸਿੱਖਾਂ ਨੇ ਵਾਕਈ ਕੋਈ ਕਾਰਨਾਮਾ ਕਰਕੇ ਦਿਖਾਇਆ। ਔਰ ਮੈਂ ਸ਼ਰਿਆਮ ਕਹਿੰਦਾ, ਗੋਲੀ ਆਊਗੀ, ਪਤਾ ਨਹੀਂ, ਸਾਰੇ ਕਹਿਣਗੇ ਪਤਾ ਨਹੀਂ ਆ ਕਿੱਥੋਂ ਰਹੀ ਔਰ ਵੱਜ ਵੀ ਸੀਗੀ ਸਿਰ 'ਚ ਰਹੀ ਹੈ। ਔਰ ਮੈਂ ਸ਼ਰਿਆਮ ਇਹ ਗੱਲ ਕਹਿੰਦਾ, ਅਜੇ ਤਾਂ ਅੱਜ ਸਾਡੇ ਭੈਣ ਭਰਾ ਵੀਰ ਬਜ਼ੁਰਗ ਸੰਘਰਸ਼ ਕਰਦੇ ਨੇ, ਲੇਕਿਨ ਅਸੀਂ ਉਸ ਦਿਨ ਹਥਿਆਰ ਚੱਕਾਂਗੇ ਜਿਸ ਦਿਨ ਜਮਾਂ ਸਿਰ ਤੋਂ ਪਾਣੀ ਗੁਜ਼ਰ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।